ਤੇ ਮੈਂ ਬੋਲਾ ਜੀ ਗੂਗਲ ਪੇ ਤੇ ਪੈਸੇ ਇਹਨੇ ਖਿੱਚ ਕੇ ਸਾਡੇ ਪਾਰਟੀ ਨੇ ਕੀਤੇ ਸੀ, ਉਹ ਕਹਿੰਦੇ ਸਾਨੂੰ ਜਿਹੜੇ ਪੈਸੇ 1,75,000 ਰੁਪਇਆ ਤੁਸੀਂ ਦਿਓ, ਤੇ ਕਹਿੰਦੇ ਅਸੀਂ ਅਸੀਂ ਤੇ ਤੇਰੇ ਕੋਲ ਨਾ ਲੈਣ ਦਾ ਦੇਣ ਦਾ ਤੁਹਾਡੇ ਦਾ ਘਰਾਣਾ ਕੋਈ ਵੀ ਨੀਗਾ। ਇਸੇ ਗੱਲੋਂ ਟਕਰਾਰ ਹੋ ਗਿਆ ਜੀ ਇਹਨਾਂ ਦਾ, ਤੇ ਨਿਹੰਗ ਸਿੰਘ ਨੇ ਟਕਰਾਰ ਕਰਦੇ ਸ਼ਮੀਪੁਰੀ ਦੇ ਗੋਡ ਤੇ ਕਿਰਪਾਨ ਮਾਰੀ, ਉਹ ਕਾਫੀ ਜ਼ਖਮੀ ਹੋ ਗਿਆ ਜੀ, ਉਹਨੂੰ ਹਸਪਤਾਲ ਲੈ ਆਏ। ਇਹਦੇ ਨਾਲ ਜਿਹੜੇ ਜ਼ਖਮੀ ਹੋਏ ਦੋਵੇਂ ਅਮਨਪੁਰੀ ਤੇ ਕਰਨਪੁਰੀ ਜੀ, ਹਾਂਜੀ ਇਹ ਮਾਮਲਾ ਸਾਰਾ ਜੀ। ਮੌਤ ਹੋ ਗਈ ਹੈ ਸ਼ਮੀਪੁਰੀ ਦੀ, ਬਾਕੀ ਦੋ ਜ਼ਖਮੀ ਜੀ। ਪਰਮਿੰਦਰ ਸਿੰਘ ਵਲਟੋਏ ਦਾ ਖਡੂਰ ਸਾਹਿਬ ਰਹਿੰਦਾ ਗੋਂਦਵਾਲ, ਸੋਰੀ ਗੋਂਦਵਾਲ ਰਹਿੰਦਾ ਜੇਲ ਦੇ ਪਿੱਛੇ। ਅਸੀਂ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਅਸੀਂ ਪੈਸੇ ਦੇ ਤੇ ਰਾਜੀਨਾਮਾ ਹੋ ਗਿਆ, ਫਿਰ 10 ਤੋਂ 15 ਬੰਦੇ ਲੈ ਕੇ ਇਨੋਵਾ ਲੈ ਕੇ ਆ ਗਿਆ, ਸਾਡੇ ਘਰੇ ਕਿਰਪਾਨਾਂ ਲੈ ਕੇ। ਠੀਕ ਹੈ ਜੀ, ਤੇ ਮੈਂ ਬਾਜ਼ਾਰ ਗਿਆ, ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਪੁੱਤ ਘਰੇ ਆਏ, ਇਸ ਤਰ੍ਹਾਂ 12-13 ਬੰਦੇ ਆਏ, ਤੇ ਮੈਂ ਉਸੇ ਵੇਲੇ ਆ ਗਿਆ ਘਰੇ ਤੇ ਆਉਂਦਿਆਂ ਨੂੰ ਤੂੰ ਮੈਂ ਆਉਂਦੀ, ਅਮਨ ਵੀ ਮੇਰਾ ਭਰਾ ਤੇ 2-3 ਜਣੇ ਆਈ ਬਸ, ਉਹ ਵੀ 12-13 ਜਣੇ, ਉਹ 12-13 ਜਣੇ ਇਨੋਵਾ ਦੇ ਪੂਰੀ ਤਿਆਰੀ ਨਾਲ ਆਏ ਕਿਰਪਾਨਾਂ ਕਿਰਪੂਨਾਂ ਲੈ ਕੇ। ਤੁਹਾਨੂੰ ਪਤਾ ਨੀ ਸਾਡੇ ਕੋਈ ਸੰਦ ਨੀ ਹੈਗਾ, ਤੇ ਉਹ ਜਦੋਂ ਉਹਨਾਂ ਨੇ ਗੁੱਟ ਵੱਟਿਆ ਫਿਰ ਆਈ ਇਨੋਵਾ ਦੇ ਸ਼ੀਸ਼ੇ ਭੰਨੇ, ਫਿਰ ਉਹ ਅੱਗੇ ਲਾ ਕੇ ਟਾਟਾ ਮਾਰ ਕੇ ਭੱਜ ਗਏ। ਕੋਈ ਝਗੜਾ ਨੀ, ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਫਰੋਤੀ ਲੈਂਦਾ ਸਾਡੇ ਕੋਲ, ਕਾਹਦੀ ਫਰੋਤੀ ਹੈ? ਐਵੇਂ ਪੈ ਗਈ ਕਿ ਮੈਨੂੰ 1,75,000 ਰੁਪਇਆ ਦੋ। ਆਪਣਾ ਡੇਰੀ ਦਾ ਨਾਲ ਮੋਬਾਈਲ ਦੁਕਾਨ ਨਾਲ ਕਰਿਆਨੇ ਦੁਕਾਨ। ਅੱਛਾ, ਇਹ ਨਿਹੰਗ ਸਿੰਘ ਮਜ਼ਬੀ ਸਿੱਖਾਂ ਦਾ 1,75,000 ਕਹਿੰਦਾ ਮੇਰੇ ਖਾਤੇ ਚ ਪਾਓ, ਨਹੀਂ ਤਾਂ ਮੈਂ ਤੁਹਾਡੇ ਟੱਬਰ ਨੂੰ ਆਖਦਾ। ਮੇਰੇ ਪਿਓ ਦੀ ਗੁੱਟ ਵੱਢਿਆ ਤੇ ਹਸਪਤਾਲ ਵਾਲਿਆਂ ਨੇ ਇਹਨਾਂ ਨੇ ਕੋਈ ਨੀ ਕਾਰਵਾਈ ਕੀਤੀ, ਦਵਾਈ ਲੈ ਗਿਆ। ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਮਤਲਬ ਕਿ ਗੱਲਾਂ ਬਾਤਾਂ ਕਰਦੇ ਖੂਨ ਨਾ ਚੜ੍ਹਨ ਕਰਕੇ। ਮੇਰਾ ਨਾਂ ਕਰਨਪੁਰੀ, ਮੇਰੇ ਡਾਕਟਰ ਹਾਂਜੀ ਖੱਬੇ ਭਾਈ, ਮੰਗ ਕਰਦੇ ਪੁਲਿਸ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦੇ ਇਹਨਾਂ ਦੀ ਕਾਰਵਾਈ ਕਰੀ ਦਿੱਤੀ ਜਾਵੇ। ਕਿੰਨੇ ਹੁਣ ਟੋਟਲ ਉਹ ਹੈਗੇ 9 ਤੋਂ 10 ਜਣੇ ਹੀ, ਤੇ ਮੱਲੇ ਮੁੱਲੇ ਲੈ ਕੇ ਛਣਾ, ਮੱਲੇ ਵਾਲੇ ਪਤਾ ਨਹੀਂ ਹੁੰਦੇ ਜਾਂਦੇ, ਜਦੋਂ 2 ਮਿੰਟ ਬੈਠੇ ਆਈ ਕਿ ਚਾਹ ਪਾਣੀ ਪੀਓ ਘਰੇ ਬਹੋ, ਉਹਨਾਂ ਹੁੰਦੇ ਕਿਰਪਾਨਾਂ ਕੱਢ ਕੇ ਕਹਿੰਦੇ ਗਲੀ 'ਚ ਬੱਚੋ, ਗਲੀ 'ਚ ਬੱਚੋ, ਤੁਹਾਡੇ ਘਰ ਦਿਮਾਗ ਲਾ ਰਹਿ ਕਰਦਾ ਸਾਰਾ ਕੁਝ ਕਰਦਾ। ਮੇਰਾ ਨਾਮ ਨੀਰਜ ਪੁਰੀ ਭਾਜੀ, ਮੇਰੇ ਚਾਚਾ ਜੀ ਸ਼ਮੀ ਕੁਮਾਰ ਜੀ, ਵਾਰਡ ਨੰਬਰ 6 ਪਾਣੀ ਦੀ ਟੈਂਕੀ ਲਾ ਕੇ ਵਸਨੀਕ ਆਏ। ਇਹਨਾਂ ਦਾ ਨਿਹੰਗ ਸਿੰਘਾਂ ਦੇ ਨਾਲ ਕੋਈ ਲੈਣ ਦੇਣ ਨਹੀਂ, ਗੋਂਦਵਾਲ ਗੁਰਦੁਆਰੇ ਦੇ ਉਹ ਵਸਨੀਕ, ਗੋਂਦਵਾਲ ਗੁਰਦੁਆਰੇ ਸਾਹਿਬ ਦੇ ਵਸਨੀਕ। ਇਹਨਾਂ ਨੇ ਕੀ ਹੋਇਆ ਕਿ ਪਹਿਲਾਂ ਕੋਈ ਨਿੱਕਾ ਮੋਟਾ ਇਹਨਾਂ ਦਾ ਝਗੜਾ ਸੀ ਪੈਸਿਆਂ ਦਾ ਲੈਣ ਦੇਣ, ਕੀ ਨਾਂ ਹੈ ਉਹਨਾਂ, ਕੀ ਨਾਂ ਹੈ, ਨਿਹੰਗ ਸਿੰਘ ਸੀ, ਨਿਹੰਗ ਸਿੰਘ ਆਏ ਅਨੋਆ ਗੱਡੀ ਤੇ, ਸੱਤ ਜਾਣੇ ਜਿਨ੍ਹਾਂ ਨੇ ਆਉਂਦੇ ਘਰ ਵਿੱਚ ਵੜ ਕੇ ਸ਼ਰੇਆਮ ਤਲਵਾਰਾਂ ਮਾਰੀਆਂ, ਸ਼ਰੇਆਮ 2 ਮੇਰੇ ਸਾਲੇ ਤੇ 1 ਮੇਰਾ ਸਹੁਰਾ ਸਾਹਿਬ, ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਹੈ।